बोलते ही नहीं भी, हम काफी टाइम तो बोलने की कोशिश कर रही है। चलो बच्चे बोलो कृष्ण जय श्री कृष्ण। कुछ नहीं बोलना, मैं इन्हें बोल दिया। फिर बोलो दोबारा, राधे राधे, बोलो राधे राधे। पूरी प्यार होई पई है, स्माइल तो कदू राधे। हेलो एवरीवन, मैं हूं सरमजीत, मेरे चैनल हरि सिंह ब्लॉग विच तुहाडा स्वागत है। दोस्तों अज मैं तुहानू लेके आई हां दसूहे शहर विच, ते अज हैगा जन्माष्टमी दा त्यौहार। मैं सारिआं नूं जन्माष्टमी दीआं बहुत बहुत वधाइयां। ते अज कृष्ण जी दे जिहड़ा हैगा उहनां दा जन्मदिन हैगा आ, ते इस खुशी विच जिहड़ा मंदिरां विच थां थां ते उहनां दा जन्मदिन मनाया जा रिहा है। ते मैं अज अपने दोस्तां नूं मंदिर विच लै के आई हैगी हां। जो मंदिर में लैके आई हुई है ट्रक यूनियन के कोल है, तो तुम दिखा देना पिछले देख सकते हो। तो मंदिर का नाम है मंदिर सिद्ध बाबा बालकनाथ जी, इतने पांडवों का मंदिर भी बोलते हैं। तो इतने जन्माष्टमी जी है मनाई जा रही हैगी। तो मैं दिखाव साडे भगवान जो कृष्ण महाराज जी हुए हैं उन्होंने बारे में दसा कि आओ तुम पहले नाम दर्शन भी करा दें। इतों होंगी हैगी एंट्री, तो मेन गेट है आप जा रहे हैं। सारे पास लाइटिंग हुई है, बहुत रौनक लगी हुई है। सारे पास मंदिर बहुत रौनक लगी हुई है, बहुत रौनक लगी हुई हैगी। मैं हम अगे जाके जा रही हूँ मंदिर के अंदर। दोस्तों तुम्हें मैं हम अंदर लेके जा रही है, उस तो पहले तुम दिखावा कि बाहर व्यू हैगा बहुत सोहना लग रहा है। तो सारे पास लाइटिंग हुई पई हैगी, बहुत ज़्यादा सोहना व्यू लग रहा है। तुम्हें पहले आस पास दिखा देनी है, फिर मैं अंदर लेके जाऊँगी। दोस्तों देख सकते हैं बाहरला व्यू कितना वधिया लग रहा है, गुब्बारे कितने सोहने लग रहे हैं, सजावट की हुई है। तो अंदर देख सकते हैं भजन मंडली वाले भजन कर रहे हैं, भजन गा रहे हैं इतने। तो संगत देखो काफ़ी मात्रा में लगी हुई, देखो पूरी लाइन लगी हुई हैगी दर्शन करने वास्ते, दर्शन कर रहे हैं संग। देख सकते हैं, मैं पहला वीडियो का एंड करूँ तो पहले तो मैं दिखा दूँगा
ਕਿ ਇੱਕ ਮੈਨੂੰ ਛੋਟੀ ਜਿਹੀ ਹੋਰ ਅੱਧਾ ਪਿਆਰੀ ਜਿਹੀ ਮੈਨੂੰ ਮਿਲ ਗਈ ਹੈ ਅਤੇ ਦੇਖ ਸਕਦੇ ਕਿੰਨਾ ਸੋਹਣਾ ਡਰੈਸ ਅਪ ਕਿੰਨਾ ਸੋਹਣਾ ਪਾਇਆ ਹੋਇਆ ਅਤੇ ਕਿੰਨੀ ਪਿਆਰੀ ਲੱਗ ਰਹੀ ਹੈਗੀ ਹੈ ਅਤੇ ਬਹੁਤ ਅੱਛੇ ਲੱਗ ਰਹੇ ਬੱਚੇ ਹੋਰ ਵੀ ਬਹੁਤ ਸਾਰੇ ਹੈਗੇ ਸੀ ਬੱਚੇ ਇੱਥੇ ਅਤੇ ਆਹ ਦੇਖ ਸਕਦੇ ਹੋ ਰਦਾ ਪੂਰੀ ਤਿਆਰ ਹੋਈ ਪਈ ਹੈ ਸਮਾਈਲ ਤਾਂ ਕਦੋਂ ਰਾਜੇ ਰਦਾ ਜੀ ਸਮਾਈਲ ਕਰ ਦਿਓ ਚਲੋ ਜੈ ਸ਼੍ਰੀ ਕ੍ਰਿਸ਼ਨ ਬੋਲ ਦਿਓ ਜੈ ਸ਼੍ਰੀ ਕ੍ਰਿਸ਼ਨ ਬੋਲ ਰਾਧੇ 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 ਬੋਲੋ ਰਾਧੇ ਰਾਧੇ ਬੋਲੋ ਰਾਧੇ ਰਾਧੇ ਦੋਸਤੋ ਤਾਂ ਮੈਂ ਹੁਣ ਦਰਸ਼ਨ ਕਰਕੇ ਬਾਹਰ ਆ ਚੁੱਕੀ ਹੋਈ ਹਾਂ ਮੰਦਿਰ ਤੋਂ ਤੁਸੀਂ ਦੇਖ ਸਕਦੇ ਹੈਗੇ ਹੋ ਤਾਂ ਪਿੱਛੇ ਮੇਰੇ ਨਾਲ ਦੇਖ ਸਕਦੇ ਤਲਾਬ ਬਣਿਆ ਹੋਇਆ ਮਤਲਬ ਹਜੇ ਪਾਣੀ ਨਹੀਂ ਵਿੱਚ ਪਾਇਆ ਹੋਇਆ ਪਹਿਲਾਂ ਕੱਚਾ ਹੁੰਦਾ ਸੀਗਾ ਇਹ ਅਤੇ ਹੁਣ ਪੱਕਾ ਕਰ ਦਿੱਤਾ ਹੋਇਆ ਜੇ ਜਦੋਂ ਪਾਣੀ ਪਾਉਣਾ ਹੈਗਾ ਜਦੋਂ ਵਿੱਚ ਇਰਫੀ ਆਲੇ ਦੁਆਲੇ ਦੇਖ ਸਕਦੇ ਹੈਗੇ ਤਾਂ ਕਿੰਨਾ ਸੋਹਣਾ ਵੱਡਾ ਮੰਦਿਰ ਬਣਿਆ ਹੋਇਆ ਅਤੇ ਜਿਹੜਾ ਇਸਦਾ ਵਿਊ ਹੈਗਾ ਬਹੁਤ ਜ਼ਿਆਦਾ ਸੋਹਣਾ ਹੋ ਜਾਣਾ ਹੋਰ ਜ਼ਿਆਦਾ ਬਹੁਤ ਜ਼ਰਾ ਵਧੀਆ ਲੱਗਣਾ ਹੈਗਾ ਜਦੋਂ ਤੁਸੀਂ ਪਾਣੀ ਵਗੈਰਾ ਵਿੱਚ ਪਾ ਦਿੱਤਾ ਹਜੇ ਪੱਕਾ ਕਰ ਦਿੱਤਾ ਹੋਇਆ ਹੈਗਾ ਅਤੇ ਦੋਸਤੋ ਤੁਹਾਨੂੰ ਮੈਂ ਹੁਣ ਦਸਵਾਂ ਕ੍ਰਿਸ਼ਨ ਮਹਾਰਾਜ ਦਾ ਜਿਹੜਾ ਇਤਿਹਾਸ ਜਿਹੜਾ ਦਾ ਦੱਸ ਦਿੰਦੀ ਹੈਗੀ ਹਾਂ ਅਤੇ ਜਿਹੜੇ ਕ੍ਰਿਸ਼ਨ ਮਹਾਰਾਜ ਭਗਵਾਨ ਜਦੋਂ ਉਹਨਾਂ ਦਾ ਜਨਮ ਜਿਹੜਾ ਹੋਇਆ ਸੀਗਾ ਮਥੁਰਾ ਵਿੱਚ ਹੋਇਆ ਹੈਗਾ ਸੀਗਾ ਪਰ ਇਹਨਾਂ ਦੇ ਪਾਲਣ ਪੋਸ਼ਣ ਸੀਗਾ ਗੋਕਲ ਵਿੱਚ ਹੋਇਆ ਸੀਗਾ ਅਤੇ ਇਹਨਾਂ ਦੀ ਜਿਹੜੀ ਮਾਤਾ ਜੀ ਦਾ ਨਾਮ ਹੈਗਾ ਸੀਗਾ ਮਾਤਾ ਦੇਵਕੀ ਜੀ ਸੀਗੇ ਅਤੇ ਪਿਤਾ ਜੀ ਦਾ ਨਾਮ ਸੀਗਾ ਵਾਸਦੇਵ ਅਤੇ ਮਾਤਾ ਦੇਵਕੀ ਜਿਹੜੀ ਸੀਗੇ ਅਤੇ ਉਹਨਾਂ ਦਾ ਇੱਕ ਮਤਲਬ ਬ੍ਰਦਰ ਭਰਾ ਸੀਗਾ ਉਹਨਾਂ ਦਾ ਕੰਸ ਸੀਗੇ ਨਾਮ ਉਹ ਬਹੁਤ ਦੁਸ਼ਟ ਸੀਗਾ ਅਤੇ ਉਹਦੀ ਨੇ ਭਵਿੱਖਬਾਣੀ ਜੋਤਿਸ਼ਾਂ ਨੇ ਕੀਤੀ ਹੋਈ ਸੀ ਭਵਿੱਖਬਾਣੀ 'ਚ ਉਹਨਾਂ ਦੇ ਆਇਆ ਸੀਗਾ ਕਿ ਜਿਹੜੇ ਤੇਰੇ ਭੈਣ ਦੇ ਜਿਹੜੇ ਬੱਚਾ ਕੋਈ ਔਲਾਦ ਹੋਊਗੀ ਉਹ ਔਲਾਦ ਤੇਰਾ ਅੰਤ ਕਰੂਗੀ ਅਤੇ ਇਸ ਕਰਕੇ ਉਹਨੂੰ ਆਪਣੇ ਡਰ ਸੀਗਾ ਉਹਦਾ ਮਰਨ ਦਾ ਇਸ ਕਰਕੇ ਉਹ ਜਿਹੜੀ ਵੀ ਉਹਨਾਂ ਦੀ ਔਲਾਦ ਹੁੰਦੀ ਸੀਗੀ ਮਾਤਾ ਦੇਵਕੀ ਜੀ ਦੀ ਅਤੇ ਉਹ ਉਹਨੂੰ ਕੰਸ ਜਿਹੜਾ ਮਾਮਾ ਕੰਸ ਸੀਗਾ ਬੋਲਦੇ ਅਤੇ ਉਹ ਮਰਵਾ ਦਿੰਦਾ ਹੁੰਦਾ ਸੀਗਾ ਇਸ ਤਰ੍ਹਾਂ ਉਹਨਾਂ ਨੇ ਆਪਣੇ ਸੱਤ ਜਿਹੜੇ ਸੀਗੇ ਭਾਂਜੇ ਭਾਂਜੀਆਂ ਸੀ ਜਿਹੜੀਆਂ ਉਹਨਾਂ ਨੇ ਮਰਵਾ ਦਿੱਤੀਆਂ ਹੋਈਆਂ ਸੀਗਾ ਅਤੇ ਹੁਣ ਮਾਤਾ ਦੇਵਕੀ ਨੂੰ ਅਤੇ ਵਾਸੂਦੇਵ ਨੂੰ ਜੇਲ੍ਹ ਵਿੱਚ ਕੈਦ ਕੀਤਾ ਹੋਇਆ ਸੀਗਾ ਅਤੇ ਇਹ ਮਤਲਬ ਜਦੋਂ ਅੱਠਵੇਂ ਜਦੋਂ ਕ੍ਰਿਸ਼ਨ ਜੀ ਨੇ ਜਨਮ ਲੈਣਾ ਹੈਗਾ ਸੀਗਾ ਠੀਕ ਆ ਨਾ ਤਾਂ ਉਹ ਇਸ ਇੰਤਜ਼ਾਰ 'ਚ ਸੀਗਾ ਕਿ ਜਦੋਂ ਜਨਮ ਲਏਗਾ ਬੱਚਾ ਤਾਂ ਮੈਂ ਉਸ ਟਾਈਮ ਹੀ ਇਹਨਾਂ ਨੂੰ ਉਸ ਨੂੰ ਮਾਰ ਦੇਵਾਂਗਾ ਪਰ ਲੇਕਿਨ ਗੁਰੂ ਆਪ ਦੇ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਕ੍ਰਿਸ਼ਨ ਮਹਾਰਾਜ ਜੀ ਨੇ ਆਪ ਉਹਨਾਂ ਜਿੰਨਾ ਮਤਲਬ ਕਿ ਭਗਵਾਨ ਸੀਗੇ ਉਹ ਤਾਂ ਖੁਦ ਅਤੇ ਉਹ ਜਦੋਂ ਇੱਥੇ ਉਹਨਾਂ ਨੇ ਜਨਮ ਜਦੋਂ ਲਿਆ ਅਤੇ ਵਾਸੂਦੇਵ ਨੇ ਉਸ ਤੋਂ ਪਹਿਲਾਂ ਹੀ ਜਦੋਂ ਉਹਨਾਂ ਨੂੰ ਟੋਕਰੀ ਵਿੱਚ ਉਸ ਤੋਂ ਜਨਮ ਲੈਣ ਤੋਂ ਬਾਅਦ ਉਹਨਾਂ ਟੋਕਰੀ ਵਿੱਚ ਪਾ ਕੇ ਅਤੇ ਜੇਲ੍ਹ ਦੇ ਵਿੱਚੋਂ ਬਾਹਰ ਲੈ ਕੇ ਆਇਆ ਜੇਲ੍ਹ ਸਾਰੇ ਜਿੰਦੇ ਵਗੈਰਾ ਲੱਗੇ ਹੋਏ ਸੀ ਬਹੁਤ ਸਖਤਾਈ ਹੈਗੀ ਸੀ ਪਰ ਲੇਕਿਨ ਉਹ ਸਾਰੇ ਹੀ ਜਿੰਦੇ ਟੁੱਟ ਗਏ ਅਤੇ ਜਿਹੜੇ ਗੋਕਲ ਦੇ ਗੋਕਲ ਵਿੱਚ ਜਾ ਕੇ ਮਤਲਬ ਕਿ ਉਹਨਾਂ ਨੂੰ ਟੋਕਰੀ ਲੈ ਕੇ ਗੋਕਲ ਵਿੱਚ ਪਹੁੰਚੇ ਗੋਕਲ ਵਿੱਚ ਪਹੁੰਚਣ ਤੋਂ ਪਹਿਲਾਂ ਉਹ ਨਦੀ ਵੀ ਉਹਨਾਂ ਨੂੰ ਇੱਕ ਜਮਨਾ ਨਦੀ ਸੀਗੀ ਉਹ ਪਾਰ ਕਰਨੀ ਪੈਂਦੀ ਸੀਗੀ ਮਥੁਰਾ ਤੋਂ ਚਾਹੁੰਦੇ ਰਸਤੇ ਵਿੱਚ ਅਤੇ ਉਹ ਜਮਨਾ ਨਦੀ ਪਾਰ ਕਰਕੇ ਅਤੇ ਉਹ ਉੱਥੇ ਉਹਨਾਂ ਨੂੰ ਲੈ ਕੇ ਗਏ ਗੋਕਲ ਵਿੱਚ ਅਤੇ ਗੋਕਲ ਦੇ ਵਿੱਚ ਗੋਕਲ ਦੇ ਆਨੰਦ ਲਾਲ ਸੀਗੇ ਅਤੇ ਉਹਨਾਂ ਦੇ ਘਰ ਇੱਕ ਬੇਟੀ ਨੇ ਜਨਮ ਲਿਆ ਹੋਇਆ ਸੀਗਾ ਯਸ਼ੋਦਾ ਮਈਆ ਦੇ ਘਰ ਅਤੇ ਉਹਨਾਂ ਦੀ ਬੇਟੀ ਸੀਗੀ ਅਤੇ ਉਹਨਾਂ ਦੀ ਬੇਟੀ ਨੂੰ ਉਠਾ ਕੇ ਟੋਕਰੀ ਵਿੱਚ ਪਾ ਕੇ ਅਤੇ ਵਾਸੂਦੇਵ ਜੀ ਵਾਪਸ ਲੈ ਕੇ ਆਏ ਅਤੇ ਕ੍ਰਿਸ਼ਨ ਜੀ ਨੂੰ ਪੰਘੂੜੇ ਵਿੱਚ ਛੱਡ ਕੇ ਉੱਥੇ ਆ ਗਏ ਸੀਗੇ ਅਤੇ ਉਹ ਉਸ ਤੋਂ ਬਾਅਦ ਜਦੋਂ ਕੰਸ ਨੂੰ ਇਹ ਪਤਾ ਲੱਗਾ ਕਿ ਆਪਣੇ ਬੱਚੇ ਨੇ ਜਨਮ ਲੈ ਲਿਆ ਹੋਇਆ ਹੈਗਾ ਆ ਅਤੇ ਉਹਨਾਂ ਨੇ ਜਿਹੜੀ ਬੱਚੀ ਹੈਗੀ ਸੀਗੀ ਉਹਨੂੰ ਸਮਝਿਆ ਕਿ ਇਹ ਦੇਵਕੀ ਦੀ ਹੈਗੀ ਆ ਅਤੇ ਉਹਨੂੰ ਉਹਨਾਂ ਨੇ ਮਰਵਾ ਦਿੱਤਾ ਹੈਗਾ ਸੀਗਾ ਬੱਚੀ ਨੂੰ ਅਤੇ ਕ੍ਰਿਸ਼ਨ ਜਦੋਂ ਉਹਨਾਂ ਨੇ ਇਸ ਗੱਲ ਪਤਾ ਲੱਗਾ ਕਿ ਜਿਹੜਾ ਹਜੇ ਤੱਕ ਵੀ ਜਿਹੜੀ ਅੱਠਵੀਂ ਔਲਾਦ ਹੈਗੀ ਸੀ ਕ੍ਰਿਸ਼ਨ ਜੀ ਉਹ ਹਜੇ ਤੱਕ ਜੀਂਦੇ ਹੈਗੇ ਤਾਂ ਗੋਕਲ ਵਿੱਚ ਹੈਗੇ ਆ ਅਤੇ ਉਹਨਾਂ ਨੇ ਬਹੁਤ ਜ਼ਿਆਦਾ ਮਤਲਬ ਕਿ ਸ਼ਿਰੰਤਰ ਦੱਸੇ ਹੈਗੇ ਸੀਗੇ ਬਹੁਤ ਜ਼ਿਆਦਾ ਉਹਨਾਂ ਨੇ ਸਕੀਮਾਂ ਲਾਈਆਂ ਕਿ ਮੈਂ ਕਿਸੇ ਤਰੀਕੇ ਦੇ ਨਾਲ ਕ੍ਰਿਸ਼ਨ ਜੀ ਨੂੰ ਮਾਰ ਦੇਵਾਂ ਮਰਵਾ ਦੇਵਾਂ ਅਤੇ ਬਹੁਤ ਜ਼ਿਆਦਾ ਉਹਨਾਂ ਨੇ ਇੱਦਾਂ ਦੇ ਯਤਨ ਵੀ ਕੀਤੇ ਹੈਗੇ ਸੀ ਪਰ ਸਾਰੇ ਹੀ ਅਸਫਲ ਹੋ ਗਏ ਹੈਗੇ ਸੀਗੇ ਅਤੇ ਬਹੁਤ ਸਾਰੇ ਨਿੱਕੇ ਹੁੰਦਿਆਂ ਦੇ ਬਹੁਤ ਪੋਤਕ ਸੀਗੇ ਜਿਹੜੇ ਉਹਨਾਂ ਦੇ ਬਹੁਤ ਪੋਤਕ ਕਰਦੇ ਹੁੰਦੇ ਸੀਗੇ ਛੋਟੇ ਹੁੰਦੇ ਹੀ ਅਤੇ ਇਹ ਮੱਖਣ ਦੇ ਬਹੁਤ ਜ਼ਿਆਦਾ ਸ਼ੌਕੀਨ ਹੁੰਦੇ ਹੈਗੇ ਸੀਗੇ ਅਤੇ ਇਹਨਾਂ ਦੇ ਯਸ਼ੋਦਾ ਮਈਆ ਦੀ ਮਤਲਬ ਗੋਦ ਵਿੱਚ ਇਹ ਵੱਡੇ ਹੁੰਦੇ ਰਹੇ ਅਤੇ ਹੁਣ ਜਦ ਤੁਸੀਂ ਦੇਖ ਸਕਦੇ ਹੈਗੇ ਕਿ ਹੁਣ ਵੀ ਯਸ਼ੋਦਾ ਤਾਂ ਲਾਲ ਬੋਲਦੇ ਹੈਗੇ ਆ ਕਨਈਆ ਜੀ ਬੋਲਦੇ ਹੈਗੇ ਆ ਅਤੇ ਕਾਫੀ ਨਾਮਾਂ ਦੇ ਨਾਲ ਇਹਨਾਂ ਨੂੰ ਜਾਣਦੇ ਹੈਗੇ ਆ ਅਤੇ ਦੋਸਤੋ ਮੈਂ ਤੁਹਾਨੂੰ ਦੱਸਿਆ ਹੈਗਾ ਤਾਂ ਇਹਨਾਂ ਦੀ ਦੋਸਤੀ ਵੀ ਪੈ ਗਈ ਹੈਗੀ ਸੀਗੀ ਜਦੋਂ ਵੱਡੇ ਹੋਏ ਅਤੇ ਇਹਨਾਂ ਦੀ ਦੋਸਤੀ ਸੁਦਾਮੇ ਨਾਲ ਪਈ ਸੀਗੀ ਅਤੇ ਸੁਦਾਮਾ ਉਹਨਾਂ ਦਾ ਬਹੁਤ ਪੱਕਾ ਮਿੱਤਰ ਹੈਗਾ ਸੀਗਾ ਅਤੇ ਉਹਨਾਂ ਦੇ ਨਾਲ ਉਹਨਾਂ ਨੇ ਦੋਸਤੀ ਵੀ ਪੂਰੀ ਨਿਭਾਈ ਹੈਗੀ ਸੀਗੀ ਅਤੇ ਜਿਹੜਾ ਮੈਂ ਤੁਹਾਨੂੰ ਮੰਦਿਰ ਇੱਥੇ ਲੈ ਕੇ ਖੜੀ ਹੈਗੀ ਹਾਂ ਇਹਨਾਂ ਨੂੰ ਪਾਂਡਵਾਂ ਦਾ ਮੰਦਿਰ ਵੀ ਬੋਲਦੇ ਹੈਗੇ ਇਹ ਵੀ ਇਤਿਹਾਸਿਕ ਮੰਦਿਰ ਹੈਗਾ ਆ ਅਤੇ ਤੁਹਾਨੂੰ ਵੀ ਦੱਸ ਦੇਵਾਂ ਕਿ ਪਾਂਡਵਾਂ ਦਾ ਕ੍ਰਿਸ਼ਨ ਜੀ ਨੇ ਸਮਰਥਨ ਕੀਤਾ ਹੈਗਾ ਸੀਗਾ ਜਦੋਂ ਮਹਾਂਭਾਰਤ ਯੁੱਧ ਹੋਇਆ ਹੈਗਾ ਸੀਗਾ ਅਤੇ ਕੌਰਵਾਂ ਅਤੇ ਪਾਂਡਵਾਂ ਵਿੱਚ ਅਤੇ ਪਾਂਡਵਾਂ ਦਾ ਸਮਰਥਨ ਕੀਤਾ ਸੀ ਕਿਉਂਕਿ ਉਹ ਸੱਚ ਦੇ ਰਾਹ 'ਤੇ ਸੀਗੇ ਅਤੇ ਉਹਨਾਂ ਨੇ ਕਿਹਾ ਸੀ ਕਿ ਸੱਚ ਦੇ ਰਾਹ 'ਤੇ ਚੱਲੋ ਅਤੇ ਉਹਨਾਂ ਨੂੰ ਆਪਣੇ ਉਪਦੇਸ਼ ਦਿੱਤੇ ਅਤੇ ਕ੍ਰਿਸ਼ਨ ਮਹਾਰਾਜ ਜਿਹੜੇ ਉਪਦੇਸ਼ ਹੈਗੇ ਆ ਉਹ ਗੀਤਾ ਵਿੱਚ ਵੀ ਦਰਜ ਹੈਗੇ ਆ ਅਤੇ ਮੈਂ ਤੁਹਾਨੂੰ ਦੱਸ ਦਿੱਤਾ ਹੈਗਾ ਮਤਲਬ ਕਿ ਇਹਨਾਂ ਦੇ ਕੌਤਕ ਇੰਨਾ ਹੀ ਜ਼ਿਆਦਾ ਹੈਗੇ ਇੰਨਾ ਜ਼ਿਆਦਾ ਮਤਲਬ ਕਿ ਤੁਹਾਨੂੰ ਮੈਂ ਇੱਕ ਆਪਾਂ ਵੀਡੀਓ 'ਚ ਬਿਆਨ ਨਹੀਂ ਕਰ ਸਕਦੇ ਹੈਗੇ ਕਿ ਉਹਨਾਂ ਦਾ ਇੰਨਾ ਇਤਿਹਾਸ ਲੰਬਾ ਹੈਗਾ ਆ ਅਤੇ ਦੋਸਤੋ ਮੈਂ ਆਪਣੀ ਵੀਡੀਓ ਦਾ ਇੱਥੇ ਐਂਡ ਕਰਨ ਜਾ ਰਹੀ ਹਾਂ ਅਤੇ ਫਿਰ ਤੁਹਾਨੂੰ ਜਨਮਅਸ਼ਟਮੀ ਦੀਆਂ ਬਹੁਤ 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 ਵਧਾਈਆਂ ਮੇਰੇ ਦੋਸਤਾਂ ਨੂੰ ਇੱਦਾਂ ਹੀ ਖੁਸ਼ ਰਹੋ ਸਾਰੇ ਜਾਣੇ ਅਤੇ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ